ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਤ ਅਤੇ ਹਾਰ ਦੇ ਕਾਰਨਾਂ ਤੇ ਹੁਕਮਰਾਨ ਅਤੇ ਵਿਰੋਧੀ ਧਿਰ 'ਚ ਪੜਚੋਲ ਸ਼ੁਰੂ ਹੋ ਗਈ ਹੈ। ਮਾਝੇ 'ਚ ਅਕਾਲੀਆਂ ਨੇ ਹੁੰਝਾ ਫਿਰ ਜਿੱਤ ਹਾਸਲ ਕੀਤੀ ਤਾਂ ਕਾਂਗਰਸ ਨੇ ਦੁਆਬੇ 'ਚ ਕੁਝ ਜ਼ੋਰ ਦਿਖਾਇਆ। ਲੋਕਰਾਜ ਦੀ ਮੁੱਢਲੀ ਇਕਾਈ ਹੋਣ ਕਰਕੇ ਇਹਨਾਂ ਚੋਣਾਂ ਦਾ ਮਹੱਤਵ ਵੱਧ ਜਾਂਦਾ ਹੈ ਅਤੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਵੋਟਰ ਸੱਤਾਧਾਰੀ ਪਾਰਟੀ ਦੇ ਸਿਰ ਹੀ ਸਿਹਰਾ ਬੰਨਦੇ ਆ ਰਹੇ ਨੇ ਤਾਂ ਜੋ ਪਿੰਡਾਂ ਅਤੇ ਕਸਬਿਆਂ 'ਚ ਵਿਕਾਸ ਹੋ ਸਕੇ। ਪੰਜਾਬ ਵਿੱਚ ਨੇਪਰੇ ਚੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਹਨਾਂ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਜਿਸ ਪਾਰਟੀ ਦੀ ਸਰਕਾਰ ਰਹੀ ਹੈ ਇਹਨਾਂ ਸੰਸਥਾਵਾਂ 'ਤੇ ਵੀ ਉਸੇ ਪਾਰਟੀ ਦਾ ਕਬਜ਼ਾ ਹੁੰਦਾ ਰਿਹਾ। ਸਾਲ 1992 ਵਿੱਚ ਕਾਂਗਰਸ, ਸਾਲ 1997 ਵਿੱਚ ਅਕਾਲੀਆਂ ਨੇ, ਸਾਲ 2002 ਵਿੱਚ ਮੁੜ ਕਾਂਗਰਸ ਪਾਰਟੀ ਨੇ ਇਹਨਾਂ ਸਥਾਨਕ ਚੋਣਾਂ 'ਚ ਕਬਜ਼ਾ ਕੀਤਾ ਅਤੇ ਸਾਲ 2007 ਵਿੱਚ ਅਕਾਲੀਆਂ ਨੇ ਇੱਕ ਵਾਰ ਫਿਰ ਤੋਂ ਇਹਨਾਂ ਸੰਸਥਾਵਾਂ 'ਤੇ ਕਬਜ਼ਾ ਕੀਤਾ ਸੀ ਅਤੇ ਹੁਣ ਫਿਰ ਅਕਾਲੀਆਂ ਦੀ ਸਰਕਾਰ ਹੋਣ ਕਰਕੇ ਚਾਰੇ ਪਾਸੇ ਅਕਾਲੀ ਹੀ ਜਿੱਤੇ ਨੇ। ਅਸਲ ਵਿੱਚ ਇਹ ਚੋਣਾਂ ਸੂਬਾ ਸਰਕਾਰ ਦੇ ਬਣਨ ਦੇ ਇੱਕ ਸਾਲ ਦੇ ਅੰਦਰ ਹੋ ਜਾਂਦੀਆਂ ਨੇ, ਜਿਸ ਕਰਕੇ ਲੋਕਾਂ ਦਾ ਵੀ ਜ਼ਿਆਦਾਤਰ ਝੁਕਾਅ ਕਾਬਜ਼ ਧਿਰ ਵੱਲ ਹੁੰਦਾ ਹੈ ਅਤੇ ਮੌਕੇ ਦੀ ਸਰਕਾਰ ਦੀ ਸਿਆਸੀ ਤੌਰ 'ਤੇ ਬੱਲੇ ਬੱਲੇ ਹੋ ਜਾਂਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਚੋਣਾਂ 'ਚ ਕਿੰਨੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪੰਜਾਬ ਵਿੱਚ 1,85,00,000 ਵੋਟਰ ਨੇ ਅਤੇ ਇਸ ਵਾਰ ਸਿਰਫ 67% ਨੇ ਹੀ ਮਤਦਾਨ ਕੀਤਾ, ਯਾਨੀ ਕਿ ਲੋਕਾਂ ਨੇ ਇਹਨਾਂ ਚੋਣਾਂ 'ਚ ਬਹੁਤਾ ਉਤਸ਼ਾਹ ਨਹੀਂ ਵਿਖਾਇਆ। ਜਦਕਿ ਇਹ ਚੋਣਾਂ ਸਿੱਧੇ ਰੂਪ 'ਚ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ। ਜਦਕਿ ਸਾਲ ਕੁ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ 79% ਲੋਕਾਂ ਨੇ ਵੋਟਾਂ ਪਾਈਆਂ ਸਨ, ਇਸ ਹਿਸਾਬ ਨਾਲ 13% ਲੋਕਾਂ ਨੇ ਵੋਟਾਂ ਨਾ ਪਾ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਕਈ ਕਿਸਮ ਦੇ ਵਾਅਦਿਆਂ ਅਤੇ ਕਾਰਜਸ਼ੈਲੀ 'ਤੇ ਤਸੱਲੀ ਪ੍ਰਗਟ ਨਹੀਂ ਕੀਤੀ। ਪੰਜਾਬ 'ਚ ਇਹਨਾਂ ਚੋਣਾਂ ਦੇ ਆਏ ਨਤੀਜਿਆਂ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਖੁਸ਼ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਾਰ ਖਿੜੇ ਮੱਥੇ ਪ੍ਰਵਾਨ ਕਰਨ ਲਈ ਆਖਿਆ ਹੈ ਅਤੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਲਗਾਏ ਜਾ ਰਹੇ ਧੱਕੇਸ਼ਾਹੀਆਂ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਉਹਨਾਂ ਦੀ ਬੁਖਲਾਹਟ ਕਰਾਰ ਦਿੱਤਾ ਹੈ। ਇਹਨਾਂ ਚੋਣਾਂ ਬਾਰੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ, ਆਓ ਸੁਣਦੇ ਹਾਂ। ਪੰਜਾਬ ਪ੍ਰਦੇਸ਼ ਕਾਂਗਰਸ ਕੋਲ ਇੱਕ ਮੌਕਾ ਸੀ ਕਿ ਉਹ ਆਪ ਦੀ 8 MP ਉਹਨਾਂ ਦੇ ਦਿੱਲੀ ਗਏ ਆ, ਦਿੱਲੀ 'ਚ 9 ਸਾਲ ਉਹਨਾਂ ਦੀ ਸਰਕਾਰ ਚੱਲੀ ਹੈ ਕਿ ਉਹ ਕੁਛ ਨਾ ਕੁਛ ਪੰਜਾਬ ਵਾਸਤੇ ਲੈ ਕੇ ਆਉਂਦੇ। ਜਿਵੇਂ ਬਿਹਾਰ ਨੂੰ 12,000 ਕਰੋੜ ਦਾ ਪੈਕੇਜ ਗਿਆ, ਦੂਜੇ ਸੂਬਿਆਂ ਨੂੰ 5,000 UP ਦੇ ਨੂੰ ਪੈਕੇਜ ਗਿਆ, ਮਗਰ ਸੁਭਾਵਿਕ ਹੈ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰੈਜ਼ੀਡੈਂਟ ਹਿਮਸੈਲਫ ਮਹਾਰਾਣੀ ਪ੍ਰਨੀਤ ਕੌਰ ਔਰ ਮਿਸਟਰ ਤਿਵਾਰੀ ਔਰ ਅਦਰ ਮਿਨਿਸਟਰਸ ਹੈਵ ਫੇਲਡ। ਭਾਵੇਂ ਇਹਨਾਂ ਦੀ ਗਿਣਤੀ ਬੜੀ ਹੈ ਯੂਨੀਅਨ ਕੈਬਨਿਟ 'ਚ, ਮਗਰ ਪੰਜਾਬੀਆਂ ਦੀ ਆਵਾਜ਼ ਉਠਾਉਣ 'ਚ ਇਹ ਫੇਲੀਅਰ ਸਾਬਿਤ ਹੋਇਆ। ਇਹਨਾਂ ਚੋਣਾਂ 'ਚ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 331 'ਚੋਂ 297, ਕਾਂਗਰਸ ਨੇ 26 ਅਤੇ ਬਾਕੀ ਧਿਰਾਂ ਨੇ 6 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 2,732 ਸੀਟਾਂ 'ਚੋਂ ਅਕਾਲੀ ਭਾਜਪਾ ਨੇ 2,122, ਕਾਂਗਰਸ ਨੇ 454 ਅਤੇ ਹੋਰਨਾਂ ਧਿਰਾਂ ਨੇ 153 ਸੀਟਾਂ 'ਤੇ ਕਬਜ਼ਾ ਕੀਤਾ ਹੈ। ਹੁਣ ਗੱਲ ਕਰਦੇ ਹਾਂ ਸਾਲ 2008 ਦੀ ਅਤੇ ਦੇਖਦੇ ਹਾਂ ਕਿ ਇਹਨਾਂ ਚੋਣਾਂ 'ਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕੀ ਖਟਿਆ ਸੀ। ਉਸ ਸਮੇਂ ਅਕਾਲੀਆਂ ਨੇ 324 'ਚੋਂ 288 ਅਤੇ ਕਾਂਗਰਸ ਨੇ 33 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਅਕਾਲੀਆਂ ਨੇ 331 ਸੀਟਾਂ 'ਚੋਂ 297 ਅਤੇ ਕਾਂਗਰਸ 33 ਸੀਟਾਂ ਤੋਂ ਘੱਟ ਕੇ 26 ਸੀਟਾਂ ਹਾਸਲ ਕਰ ਸਕੀ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 2,715 ਸੀਟਾਂ 'ਚੋਂ ਅਕਾਲੀਆਂ ਨੇ 2076 ਅਤੇ ਕਾਂਗਰਸ ਪਾਰਟੀ ਨੇ 494 ਸੀਟਾਂ ਜਿੱਤੀਆਂ ਸਨ। ਇਸ ਵਾਰ 2,732 'ਚੋਂ ਅਕਾਲੀਆਂ ਨੇ 2,122, ਕਾਂਗਰਸ ਨੇ 454, PPP ਨੇ 32 ਅਤੇ ਖੱਬੀਆਂ ਧਿਰਾਂ ਨੇ 13 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਕਈ ਸੀਟਾਂ 'ਤੇ ਕਾਂਗਰਸ ਅਤੇ ਹਮਖਿਆਲੀ ਪਾਰਟੀਆਂ ਨੇ ਆਪਸ 'ਚ ਸਮਝੌਤਾ ਕੀਤਾ ਸੀ। ਪੰਜਾਬ ਦੇ ਮਾਝੇ ਇਲਾਕੇ ਵਿੱਚ ਅਕਾਲੀਆਂ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ 38 ਸੀਟਾਂ 'ਤੇ ਕਬਜ਼ਾ ਕੀਤਾ ਹੈ, ਜਦਕਿ ਕਾਂਗਰਸ ਨੇ ਇਸ ਵਾਰ ਸਿਰਫ ਬਲਾਕ ਸੰਮਤੀ ਦੀਆਂ ਪਿਛਲੀਆਂ ਸੀਟਾਂ 27 ਦੇ ਮੁਕਾਬਲੇ ਸਿਰਫ 7 ਸੀਟਾਂ 'ਤੇ ਹੀ ਸਬਰ ਕੀਤਾ ਹੈ। ਇਸੇ ਤਰ੍ਹਾਂ ਗੁਰਦਾਸਪੁਰ 'ਚੋਂ ਪਿਛਲੀਆਂ 53 ਸੀਟਾਂ ਦੇ ਮੁਕਾਬਲੇ ਸਿਰਫ ਇਸ ਵਾਰ ਬਲਾਕ ਸੰਮਤੀ ਦੀਆਂ 25 ਸੀਟਾਂ ਹੀ ਜਿੱਤ ਸਕੀ ਹੈ, ਜਦਕਿ ਤਰਨ ਤਾਰਨ ਦੀਆਂ ਬਲਾਕ ਸੰਮਤੀ ਦੀਆਂ ਪਿਛਲੀ ਵਾਰ ਦੀਆਂ 8 ਸੀਟਾਂ ਦੇ ਮੁਕਾਬਲੇ ਕਾਂਗਰਸ ਇਸ ਵਾਰ ਸਿਰਫ 1 ਸੀਟ ਨਾਲ ਹੀ ਸਬਰ ਕਰ ਸਕੀ ਹੈ। ਇਸੇ ਤਰ੍ਹਾਂ ਪਠਾਨਕੋਟ ਦੀਆਂ 90 ਬਲਾਕ ਸੰਮਤੀ ਦੀਆਂ ਸੀਟਾਂ 'ਚੋਂ ਭਾਜਪਾ ਨੇ 61 ਅਤੇ ਕਾਂਗਰਸ ਨੇ 26 ਸੀਟਾਂ ਜਿੱਤੀਆਂ ਨੇ।
हुण असी दुआबे की गल करते हैं। ज़िला कपूरथला च कांग्रेस ने साल 2008 88 चो 14 ब्लाक समिति दीआं सीटां दे मुकाबले इस बार 85 चो 20 सीटां जीतियां ने। इस जिले विच कांग्रेस पार्टी ने बढ़त हासिल की है। इत्थे अकाली दल ने इस बार 67 सीटां की बजाय 58 सीटां ते जित प्राप्त की है। हुशियारपुर विच कांग्रेस ने पिछली बार 203 चो 52 सीटां दे मुकाबले इस बार 204 सीटां चो 63 सीटां हासिल करके 5% बढ़त हासिल की है। अकालिया ने 132 के मुकाबले 122 सीटां जीतियां ने। इसे तरह नवांशहर विच कांग्रेस ने 99 चो 35 सीटां के मुकाबले इस बार 88 चो 28 सीटां जीतियां ने। जलंधर चो 184 चो 50 सीटां के मुकाबले इस बार 184 चो 46 सीटां जीतियां ने। कांग्रेस का नवांशहर ते जलंधर विच वोट बैंक पहलां नालों घटिया है। हालांकि हाल विच नगर निगम दीआं चोणां विच कांग्रेस ने जलंधर विच वड्डी जित प्राप्त की सी। इसे तरह कांग्रेस ने जिला परिषद दीआं चोणां विच जलंधर ते नवांशहर तो इजाफा किया है। नवांशहर विच PPP ने एक सीट जीती है, जबकि गठजोड़ सरकार हुशियारपुर च पिछलियां 8 सीटां के मुकाबले इस बार 5 सीटां ते हार का मूंह देखना पिया है। इसे तरह कांग्रेस के दूजियां धिरां ने फतेहगढ़ साहब बठिंडा समेत कई होर जिलों में जित प्राप्त की है। इतों तक कि मुख्यमंत्री प्रकाश सिंह बादल के जद्दी पिंड घुद्दा विखे भी अकाली दल नूं हार मिली है, पर सिर्फ कांग्रेस ने दुआबे विच अपना वोट बैंक कुछ हद तक संभालिया है। उप मुख्यमंत्री सुखबीर सिंह बादल ने कहा है कि ब्लाक समिति ते जिला परिषद दीआं चोणां च कांग्रेसियों का जितना इस गल का प्रमाण है कि चोणां आजाद ते निरपक्ष होईआं ने। सुखबीर सिंह बादल अनुसार कांग्रेस पार्टी का विधानसभा 2012 विच वोट बैंक 40% तो घट के मसा ही 21% रह गया है। पंजाब कांग्रेस के प्रधान प्रताप सिंह बाजवा की बतौर प्रधान ने पहली चोन प्रीख्या सी। नवे प्रधान सिर्फ पूरे पंजाब की ही नहीं बल्कि अपने जिले गुरदासपुर चो भी चोन प्रीख्या च बुरी तरह हार गए ने। हालांकि प्रताप सिंह बाजवा ने पूरी मेहनत की सी, पर बाकी साथियों ने अत की गर्मी पैन करके घरां चो निकलना ठीक नहीं समझा। इतों तक कि 19 मई में वोटों वाले दिन भी कई कांग्रसी घरां विच अते कई सिर्फ अखबारी बयानों तक सीमित रहे, जबकि अकाली भाजपा के विधायक ते नेता सरकार विच होण दे बावजूद पिंडां ते पोलिंग बूथां विच आम देखे गए। कांग्रेस पार्टी नूं इन्हां चोणां च मिली बुरी हार दे मामले च कांग्रेस पार्टी दे बुलारे सुखपाल सिंह खैरा दा की कहना है, आओ सुनदे हां। जिन्नी गुंडागर्दी इस इलेक्शन विच फैलाई है और जिस तरह के वायलेंस इस चोण विच होया, पहली बार होया पंजाब च। यूपी बिहार बारे सुनिया करदे सीगे, चार तां इत्थे पोलिटिकल मर्डर होए ने चोणां तों पहलां। और जिहड़ी चोण प्रक्रिया शुरू भी की सी, जिहड़ा स्टेट इलेक्शन कमिश्न है, वह बिल्कुल इन्हों का हथ टोका बन के उसने काम किया। चाहना कि 2008 विच अज तो 5 साल पहला ये चोणां होईयां सी, उदों भी अकाली दल की जित तकरीबन हुंजा फेर सी। लेकिन 2009 दे विच ही थोड़े महीने बाद अकाली दल पार्लीमेंट दीआं चोणां हार गया, असीं 8 सीटां जितते, वह 5 सीटां जितते। इसलिए जिहड़ियां इलेक्शन होंदियां ने आम तौर पर सारे हिंदुस्तान दे विच रुझान आ कि जिहड़ियां छोटियां इलेक्शन ने वह हर एक बछिंदा कहिंदा जी सरकार है इन्हां दी, असीं इन्हां तों लोकल कामकार करवाउणे हैं ते वोटां इन्हां नूं पा दिंदे ने। जब पार्लीमेंट आउंदी, विधानसभा आउंदी, उदों मुद्दे होर हुंदे ने। और ये सारिया ये नतीजे जिहड़े तुसीं देख लैणा कि 2014 दीआं लोक सभा चोणां च ट्रेंड कुछ होर होवेगा। कांग्रेस पार्टी के बुलारे सुखपाल सिंह खैरा ने अकाली दल के प्रधान सुखबीर सिंह बादल वालों कांग्रेस प्रधान प्रताप सिंह बाजवा के संबंध में की गई टिप्पणी के मामले में कहा है कि सियासत के अखाड़े च जित हार बनी रहती है। दुआबा इस बार इदा होया ना कि जिथे जिथे साड़ी अंडरस्टैंडिंग होगी BSP दे नाल और किथे कितार PPP दे नाल, तां जदों असीं रल के लड़े हाँ तो कुदरती तौर पर वो जिहड़ी वोट साड़ी पर्टिकुलरली जिहड़ी गरीब वोट सी, SC वोट सी, जिहड़ी खिंडर जांदी सी, जिहदे करके कांग्रेस नूं काफ़ी अरसे तो लॉस हो रहा, तो उहदा एक बैटर परफॉर्मेंस रही। जिहड़ा मालवा ते माझा है, इत्थे एक बहुत मैं कह सकदा कि माहौल ना वैसे ही बहुत भयभीत है। और इलैक्टोरल पॉलिटिक्स जिहड़ा कह रहे हैं कि जी सुखबीर बड़ा माहर हो गया, माहर कदा होया, शराबा डोडे ते पैसे वंडण दा माहर हो गया ना। मैं उही तां पुछिया इन्हां नूं कि आप जदों तुसीं कायरां वाला सबूत दिता सी, 92 दी इलैक्शन तुसीं बॉयकॉट कर दित्ती, की तुसीं उदों पास होए सीगे? और 92 दी विधानसभा चोण सिर्फ बंदूक तो डरदिआं ने बॉयकॉट कीती सीगी, उस तो बाद अगलियां नाल ही पंचायती चोणां आईआं ते लड़नी शुरू कर दित्ते जदों माहौल ठीक हो गया। और मैं फिर रिपीट करदा कि जदों अकाली दल मान ने इन्हां नूं हराया, इन्हां दीआं जमानतां जब्त करातीआं, तो उदन तां पार्टी बंद ना होई। सो इस करके पॉलिटिक्स विच जित्तां हारां हुंदीआं रहिंदीआं ने। और प्रताप हले महज़ 2 महीने पहलां बाजवा साहब बन रहे ने प्रेजिडेंट, सो गिव हिम सम टाइम। आई एम क्वाइट श्योर के कांग्रेस विल परफॉर्म बैटर इन द पार्लीमेंट इलेक्शन।
इन्हां चोणां च पीपीपी दी अगवाई वाले सांझा मोर्चा ने भी 45 सीटां ते जित प्राप्त की है। सांझे मोर्चे दे आगू अते सीपीआई दे सीनियर आगू कामरेड बन सिंह ब्रांड ने कहा कि पंजाब दे इतिहास विच इह गल हमेशा ही याद रहेगी कि किवें अकाली दल ने इह चोणां लड़ियां नहीं बल्कि लुटियां ने। असीं फाइट कीता सारे पंजाब च, इन्हां दी गुंडागर्दी, इन्हां दा स्टेट टैरर, इन्हां दा पुलिस ब्यूरोक्रेटिक कंबीनेशन और इन्हों का जेब च पा के जिहड़ा इलैक्शन कमीशन नू अपनी मर्जी दे नाल ही जोगश करना करे उहदे खिलाफ़ असीं प्रोटेस्ट किया, आवाज़ उठाई है और इन्ना कुछ हुंदिया होया भी वी आर सैटिस्फाइड। साडियां असीं 45 सीटां लै गए हैं, असीं लैफ्ट और सांझा मोर्चा टोटल पीपी वाले मिला के असीं 45 सीटां इन्हां तों खोईआं, लड़के खोईआं असीं सारे पंजाब च। सारे हिस्से जे मजिठिया साहब और सुखबीर बादल उन्हां नू SOI च लै के या सिख यूथ फैडरेशन बना के समझते भी असी पंजाब के अंदर बड़ा मारका मार लिया, जित प्राप्त कर ली, असी समझते इट इज़ डिफीट, मोरली इट इज़ डिफीट। और प्रकाश सिंह बादल नूं इस उम्र के अंदर इन्हां नौजवानों की छत्र छाया दे इन्हां नूं बना के ते आप लीड कर रहे हैं, मैं समझदा एडू वड्डा खलक उन्हां दे मूँह ते हो रही। बेशक इन्हां चोणां च अकाली भाजपा गठजोड़ नूं वड्डी जित प्राप्त हुई है, पर पंजाब च वापरियां हिंसक घटनावां खास करके चार कतलों की जिम्मेवारी तो सरकार भज नहीं सकती। पार्टियां पंजाब च आई गिरावट नूं सुधारन की बजाय जित हार दे अंकड़ियां दे जोड़ च रुझ गईआं ने। इन्हां पार्टियां ने पंजाब नूं भुलाउंदे होए पंचायती चोणां अते फिर लोकसभा चोणां दी तैयारी कस ली है, पर एक गल स्पष्ट हो गई है कि इन्हां चोणां च पंजाब हार रहा है ते पार्टियां चोणां जित रहीआं ने। चंडीगढ़ तो पत्रकार जगतार सिंह भुल्लर ते कैमरामैन कुलजिंदर सूद दे नाल इंदरपाल सिंह, DN Night न्यूज़। खबरां दी दुनिया विच आओ, साडे नाल कदी भी ते कितों भी जुड़ो। आपां मिलांगे फेसबुक ते, असीं दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।